ਸਤਿ ਸ਼੍ਰੀ ਅਕਾਲ ਜੀ ਸਾਹਿਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਬਰਾਂ ਦੇ ਇਸ ਬੁਲੇਟਿਨ ਵਿੱਚ ਮੈਂ ਹਮਨ ਕੋਲੀ ਤੇ ਆਉਂ ਨਜ਼ਰ ਮਾਰਦੇ ਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਪੋਜ਼ਿਟਿਵ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਦੀ ਰਿਪੋਰਟ ਆਵੇਗੀ 6 ਘੰਟਿਆਂ ਚ ਅਮ ਰਿਸਰਚ ਕੋਵਿਡ 19 ਦੇ ਮਰੀਜ਼ਾਂ ਦੇ ਹੋ ਰਹੇ ਇਲਾਜ ਅਤੇ ਸ਼ੱਕੀ ਵਿਅਕਤੀਆਂ ਦੇ ਕੀਤੇ ਜਾ ਰਹੇ ਟੈਸਟਾਂ ਸੰਬੰਧੀ ਰਿਵਿਊ ਕਰਨ ਲਈ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਵੱਲੋਂ ਸਰਕਟ ਹਾਊਸ ਵਿੱਚ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਮੌਜੂਦਾ ਸਥਿਤੀ ਉੱਤੇ ਵਿਚਾਰ ਚਰਚਾ ਕਰਦੇ ਹੋਏ ਓਪੀ ਸੋਨੀ ਨੇ ਕਿਹਾ ਹੈ ਕਿ ਕੋਵਿਡ ਉੱਤੇ ਫਤਿਹ ਪਾਉਣੀ ਹੈ ਇਸ ਲਈ ਜ਼ਰੂਰੀ ਹੈ ਕਿ ਇਸ ਵਾਇਰਸ ਦੀ ਚੇਨ ਨੂੰ ਤੋੜਿਆ ਜਾਵੇ ਉਨਾ ਕਹਿਆ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ ਉਹਨਾਂ ਵਿਅਕਤੀਆਂ ਦੇ ਟੈਸਟ ਦੀ ਰਿਪੋਰਟ 6 ਘੰਟਿਆਂ ਵਿੱਚ ਦਵੇਗਾ ਜਿਸ ਦੇ ਪਰਿਵਾਰ ਦਾ ਮੈਂਬਰ ਪਹਿਲਾਂ ਕਰੋਨਾ ਪੋਜ਼ਿਟਿਵ ਆ ਚੁੱਕਿਆ ਹੋਵੇਗਾ। ਉਹਨਾਂ ਸਿਹਤ ਵਿਭਾਗ ਨੂੰ ਸੰਪਰਕ ਵਾਲੇ ਵਿਅਕਤੀਆਂ ਨੂੰ ਲੱਭਣ ਵਿੱਚ ਟਿਲ ਨਾ ਵਰਤਣ ਲਈ ਵੀ ਕਿਹਾ ਹੈ। ਕੇਂਦਰ ਸਰਕਾਰ ਨੇ 500 ਰੇਲਵੇ ਕੋਚ ਦਿੱਲੀ ਨੂੰ ਦੇਣ ਦਾ ਫੈਸਲਾ ਲਿਆ ਦਿੱਲੀ 'ਚ ਤੇਜ਼ੀ ਨਾਲ ਵਧ ਰਹੇ ਕਰੋਨਾ ਵਾਇਰਸ ਸੰਬੰਧੀ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗ੍ਰਹਿ ਮੰਤਰਾਲੇ 'ਚ ਹਾਈ ਲੈਵਲ ਮੀਟਿੰਗ ਕੀਤੀ ਬੈਠਕ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਦਿੱਲੀ ਦੇ ਸੀਐਮ ਕੇਜਰੀਵਾਲ ਤੇ ਐਲਜੀ ਅਨਿਲ ਬੈਜਲ ਸ਼ਾਮਿਲ ਸਨ ਇਹਨਾਂ ਆਗੂਆਂ ਨਾਲ डिप्टी मनीष सिसोदिया दिल्ली के सेहत मंत्री सतेंद्र जैन समेत कई वे अधिकारी भी मीटिंग में मौजूद रहे गृहमंत्री अमित शाह ने ट्वीट करके दस्या है कि मीटिंग कई महत्वपूर्ण फैसले ले गए हैं ਦਿੱਲੀ ਚ ਕਰੋਨਾ ਤੋਂ ਸੰਕਰਮਿਤ ਮਰੀਜ਼ਾਂ ਲਈ ਬੈੱਡ ਦੀ ਕਮੀ ਨੂੰ ਦੇਖਦਿਆਂ ਕੇਂਦਰ ਦੀ ਮੋਦੀ ਸਰਕਾਰ ਨੇ 500 ਰੇਲਵੇ ਕੋਚ ਦਿੱਲੀ ਨੂੰ ਦੇਣ ਦਾ ਫੈਸਲਾ ਲਿਆ ਹੈ। ਇਹਨਾਂ ਰੇਲਵੇ ਕੋਚ ਨਾਲ ਨਾ ਸਿਰਫ ਦਿੱਲੀ ਚ 8000 ਬੈੱਡ ਵਧਣਗੇ ਬਲਕਿ ਇਹ ਕੋਚ ਕਰੋਨਾ ਸੰਕਰਮਣ ਨਾਲ ਲੜਨ ਲਈ ਸਾਰੀਆਂ ਸੁਵਿਧਾਵਾਂ ਨਾਲ ਉਪਲਬਧ ਹੋਣਗੇ। ਸੁਪਰੀਮ ਕੋਰਟ ਨੇ ਵਿਨੋਦ ਦੁਆ ਦੇ ਗ੍ਰਿਫਤਾਰੀ ਤੇ ਲਾਈ ਰੋਕ। ਸੀਨੀਅਰ ਪੱਤਰਕਾਰ ਵਿਨੋਦ ਦੂਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ ਸੁਪਰੀਮ ਕੋਰਟ ਨੇ ਰਾਸ਼ਟਰੋਦੇ ਮਕਦਮੇ 'ਚ ਦੂਆ ਦੀ ਗ੍ਰਿਫਤਾਰੀ ਤੇ ਫਿਲਹਾਲ ਰੋਕ ਲਾ ਦਿੱਤੀ ਹੈ ਹਾਲਾਂਕਿ ਅਦਾਲਤ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਪੁਲਿਸ ਮਾਮਲੇ ਦੀ ਜਾਂਚ ਜਾਰੀ ਰੱਖ ਸਕਦੀ ਹੈ ਤੇ ਵਿਨੋਦ ਦੂਆ ਤੋਂ ਪੁੱਛਗਿੱਛ ਵੀ ਕਰ ਸਕਦੀ ਹੈ ਪਰ ਪੁੱਛਗਿੱਛ ਵਿਨੋਦ ਦੂਆ ਦੇ ਘਰ 'ਚ ਹੋਵੇਗੀ ਤੇ ਉਸ ਲਈ ਉਹਨਾਂ ਨੂੰ 24 ਘੰਟੇ ਪਹਿਲਾਂ ਨੋਟਿਸ ਦਿੱਤਾ ਜਾਵੇਗਾ ਪੁੱਛਗਿੱਛ ਦੌਰਾਨ ਕਰੋਨਾ ਮਹਾਮਾਰੀ ਲਈ ਜਾਰੀ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਸ਼ਿਮਲਾ ਵਿੱਚ ਭਾਜਪਾ ਆਗੂ ਅਜੇ ਸ਼ਾਮ ਨੇ ਵਿਨੋਦ ਦੂਆ ਵਿਰੁੱਧ ਰਾਸ਼ਟਰੋਤ ਤੇ ਹੋਰ ਧਾਰਨਾਵਾਂ ਤਹਿਤ ਮੁਕਦਮਾ ਦਰਜ ਕਰਵਾਇਆ ਹੈ ਜਿਸ ਵਿੱਚ ਵਿਨੋਦ ਦੂਆ ਤੇ YouTube ਚੈਨਲ ਤੇ ਕੇਂਦਰ ਸਰਕਾਰ ਵਿਰੁੱਧ ਝੂਠ ਫੈਲਾਉਣ ਦਾ ਦੋਸ਼ ਲਾਉਂਦੇ ਆ ਕਿਹਾ ਸੀ ਕਿ ਇਸ ਨਾਲ ਅਸ਼ਾਂਤੀ ਤੇ ਅਰਾਜਕਤਾ ਫੈਲ ਸਕਦੀ ਹੈ ਪ੍ਰਧਾਨ ਮੰਤਰੀ ਨੇ ਵੀ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੇ ਜਤਾਇਆ ਦੁੱਖ ਦੇਸ਼ ਵਿੱਚ ਕਰੋਨਾ ਕਾਲ ਦੌਰਾਨ ਫਿਲਮੀ ਅਦਾਕਾਰ ਸੁਸ਼ਾਨ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰ ਲਈ ਸੁਸ਼ਾਨ ਸਿੰਘ ਦੀ ਮੌਤ ਨਾਲ ਹਰ ਕੋਈ ਗਮਗੀਨ ਹੈ ਬਾਲੀਵੁੱਡ ਤੋਂ ਲੈ ਕੇ ਰਾਜਨੀਤਿਕ ਹਸਤੀਆਂ ਨੇ ਵੀ ਨੌਜਵਾਨ ਫਿਲਮ ਅਦਾਕਾਰ ਸੁਸ਼ਾਨ ਸਿੰਘ ਵੱਲੋਂ ਇਸ ਤਰ੍ਹਾਂ ਜੀਵਨ ਲੀਲਾ ਸਮਾਪਤ ਕਰ ਲੈਣ ਤੇ ਅਫਸੋਸ ਪ੍ਰਗਟਾਇਆ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਲੈ ਕੇ ਪਾਸ਼ਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਸੁਸ਼ਾਨ ਦੀ ਮੌਤ ਤੇ ਦੁੱਖ ਪ੍ਰਗਟਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤੇ ਦੁੱਖ ਪ੍ਰਗਟਾਉਂਦੇ ਲਿਖਿਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਇੱਕ ਉज्ज्वल ਨੌਜਵਾਨ ਅਦਾਕਾਰ ਅਜਾਈ ਚਲਾ ਗਿਆ ਹੈ ਉਸ ਨੇ ਟੀਵੀ ਅਤੇ ਫਿਲਮਾਂ ਵਿੱਚ ਕੰਮ ਕੀਤਾ ਹੈ ਮਨੋਰੰਜਨ ਦੀ ਦੁਨੀਆ ਵਿੱਚ ਉਸ ਨੇ ਕਈ ਲੋਕਾਂ ਨੂੰ ਪ੍ਰੇਰਿਤ ਕੀਤਾ ਤੇ ਉਹ ਕਈ ਯਾਦਗਾਰ ਭੂਮਿਕਾਵਾਂ ਜ਼ਰੀਏ ਹਮੇਸ਼ਾ ਯਾਦ ਕੀਤਾ ਜਾਵੇਗਾ ਉਹਨਾਂ ਦੀ ਮੌਤ ਤੋਂ ਮੈਂ ਪੂਰੀ ਤਰ੍ਹਾਂ ਸਦਮੇ ਵਿੱਚ ਹਾਂ ਇਸਤੇ ਨਾਲ ਜੀ ਪੀਐਮ ਮੋਦੀ ਨੇ ਲਿਖਿਆ ਹੈ ਕਿ ਮੇਰੀ ਦਿਲੋਂ ਹਮਦਰਦੀ ਉਹਨਾਂ ਦੇ ਪਰਿਵਾਰ ਨਾਲ ਹੈ ਸੁਸ਼ਾਨ ਸਿੰਘ ਰਾਜਪੂਤ ਦੀ ਮੌਤ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਹਿਰਾ ਦੁੱਖ ਪ੍ਰਗਟਾਇਆ ਕੈਪਟਨ ਨੇ ਟਵੀਟ ਕਰਕੇ ਲਿਖਿਆ ਹੈ ਕਿ ਮੈਨੂੰ ਇਸ ਨੌਜਵਾਨ ਅਦਾਕਾਰ ਦੀ ਅਚਾਨਕ ਹੋਈ ਮੌਤ ਦਾ ਸੁਣ ਕੇ ਬਹੁਤ ਦੁੱਖ ਹੋਇਆ ਇੱਕ ਸ਼ਾਨਦਾਰ ਅਦਾਕਾਰ ਜੋ ਕਿ ਆਪਣੀ ਮਿਹਨਤ ਨਾਲ ਟੀਵੀ ਜਗਤ ਤੋਂ ਵੱਡੇ ਪਰਦੇ ਤੱਕ ਪਹੁੰਚਿਆ ਉਸ ਦਾ ਇਸ ਤਰ੍ਹਾਂ ਜਾਣਾ ਬੇहद ਦੁਖਦਾਈ ਹੈ ਮੈਂ ਦੁੱਖ ਦੀ ਘੜੀ ਵਿੱਚ ਦਿਲੋਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਾ ਹਾਂ ਮਨ ਕੀ ਬਾਤ ਲਈ ਪੀਐਮ ਮੋਦੀ ਨੇ ਮੰਗੇ ਆਈਡੀਏ کہا ਤੁਹਾਡੇ ਕੋਲ ਕਹਿਣ ਨੂੰ ਬਹੁਤ ਕੁਝ ਹੋਏਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ 28 ਜੂਨ ਨੂੰ ਇੱਕ ਵਾਰ ਫਿਰ ਤੋਂ ਰੇਡੀਓ ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਮਨ کی بات ذریعے ਦੇਸ਼ਵਾਸੀਆਂ ਨੂੰ ਸੰਬੋਧਿਤ ਕਰਨਗੇ ਇਸ ਪ੍ਰੋਗਰਾਮ ਲਈ ਉਹਨਾਂ ਨੇ ਲੋਕਾਂ ਦੇ ਸੁਝਾਅ ਅਤੇ ਵਿਚਾਰ ਮੰਗੇ ਹਨ ਇਸ ਪ੍ਰੋਗਰਾਮ ਲਈ ਤੁਸੀਂ ਵੀ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰ ਸਕਦੇ ਹੋ ਜਿਨ੍ਹਾਂ ਵਿੱਚ ਚੁਣਵੇਂ ਵਿਸ਼ਿਆਂ ਨੂੰ ਪੀਐਮ ਮੋਦੀ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਨਗੇ ਪ੍ਰਧਾਨ ਮੰਤਰੀ ਨੇ ਖੁਦ ਟਵੀਟ ਕਰਕੇ ਦੇਸ਼ ਵਾਸੀਆਂ ਤੋਂ ਉਹਨਾਂ ਦੀ رائے ਮੰਗੀ ਹੈ ਪ੍ਰਧਾਨ ਮੰਤਰੀ ਨੇ ਟਵੀਟ ਤੇ ਲਿਖਿਆ ਹੈ ਕਿ ਕਰੋਨਾ ਸੰਘਰਸ਼ ਨੂੰ ਲੈ ਕੇ ਦੇਸ਼ ਵਾਸੀ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰ ਸਕਦੇ ਹਨ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਆਪਣੇ ਸੁਨੇਹੇ ਰਿਕਾਰਡ ਕਰਵਾਉਣ ਲਈ ਇੱਕ ਨੰਬਰ ਵੀ ਦਿੱਤਾ ਹੈ ਤੁਸੀਂ 180001117800 ਤੇ ਕਾਲ ਕਰਕੇ ਆਪਣੇ ਸੁਨੇਹੇ ਰਿਕਾਰਡ ਕਰਵਾ ਸਕਦੇ ਹੋ ਇਹ ਫੋਨ ਲਾਈਨ 24 ਜੂਨ ਤੱਕ ਖੁੱਲੀ ਰਹੇਗੀ ਇਸ ਦੇ ਨਾਲ ਹੀ ਨਮੋ ਐਪ ਤੇ ਵੀ ਲਿਖ ਸਕਦੇ ਹੋ ਸੁਪਰੀਮ ਕੋਰਟ ਦਾ ਆਦੇਸ਼ ਦਿੱਲੀ ਦੀ 7 ਜ਼ਿਲ੍ਹਾਾਂ ਚ ਬਣਾਏ ਜਾਣ ਕੋਰਟ ਦੇ ਵੀਡੀਓ ਕਾਨਫਰੈਂਸਿੰਗ ਰੂਮ ਸੁਪਰੀਮ ਕੋਰਟ ਨੇ ਸੂਚਨਾ ਦਿੱਤੀ ਹੈ ਕਿ ਉੱਚ ਅਦਾਲਤ ਦੇ ਸਾਰੇ ਸੂਚੀਬੰਦ ਆਪਣੇ ਸਬੰਧਿਤ ਮਾਮਲਿਆਂ ਦੀ ਸੁਣਵਾਈ ਚ ਸ਼ਾਮਲ ਹੋਣ ਲਈ ਵਕੀਲਾਂ ਤੇ ਮੁਕਦਮਾਕਾਰੀਆਂ ਦੀ ਸਹੂਲਤ ਦੇ ਲਈ ਦਿੱਲੀ ਦੇ 7 ਜ਼ਿਲ੍ਹਿਆਂ 'ਚ ਅਦਾਲਤਾਂ ਦੇ ਕੰਪਲੈਕਸਾਂ 'ਚ ਵੀਡੀਓ ਕਾਨਫਰencing ਸਹੂਲਤ ਲਈ ਕਮਰੇ ਸਥਾਪਿਤ ਕੀਤੇ ਗਏ ਹਨ ਕੋਰਟ ਵੱਲੋਂ ਜਾਰੀ ਕੀਤੇ ਗਏ ਸਰਕੂਲਰ ਮੁਤਾਬਕ ਜ਼ਿਲ੍ਹਾ ਅਦਾਲਤ ਕੰਪਲੈਕਸ ਜਿੱਥੇ ਇਹ ਕਮਰੇ ਸਥਾਪਿਤ ਕੀਤੇ ਗਏ ਹਨ ਰੋहिणी, ਦਵਾਰਕਾ, ਪਟਿਆਲਾ ਹਾਊਸ, 30 ਹਜ਼ਾਰੀ, ਸਾਕੇਤ, ਰਾਉਸ ਐਵੇਨਿਊ ਤੇ ਕੜਕੜ ਡੂਮਾ ਹੈ ਪਾਕਿਸਤਾਨੀ ਫੌਜ ਨੇ ਕੀਤੀ ਸੀਜ਼ਫਾਇਰ ਦੀ ਉਲੰਘਣਾ ਇੱਕ ਜਵਾਨ ਸ਼ਹੀਦ ਦੋ ਜ਼ਖਮੀ ਪਾਕ ਕੰਟਰੋਲ ਲਾਈਨ ਤੇ ਉਕਸਾਵੇ ਦੀ ਕਾਰਵਾਈ ਕਰ ਰਿਹਾ ਹੈ ਪਾਕਿਸਤਾਨ ਨੇ ਜੰਮੂ ਕਸ਼ਮੀਰ ਚ ਪੁੰਚ ਚ ਕੰਟਰੋਲ ਲਾਈਨ ਦੇ ਗੋਲੀਬਾਰੀ ਕੀਤੀ ਜਿਸ ਚ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਤੇ ਇੱਕ ਆਮ ਨਾਗਰਿਕ ਜ਼ਖਮੀ ਹੋ ਗਿਆ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਫੌਜ ਨੇ ਪੁੰਚ ਜ਼ਿਲ੍ਹੇ ਚ ਕੰਟਰੋਲ ਲਾਈਨ ਨੇੜੇ ਬਿਨਾ ਕਿਸੇ ਉਕਸਾਵੇ ਦੇ ਛੋਟੇ ਹਥਿਆਰਾਂ ਤੋਂ ਗੋਲੀਬਾਰੀ ਕੀਤੀ ਤੇ ਮੋਟਰਾਰ ਤੋਂ ਗੋਲੇ ਦਾਗ ਕੇ ਸੰਘਰਸ਼ ਵਿਰਾਮ ਦੀ ਉਲੰਘਣਾ ਕੀਤੀ ਪਾਕਿਸਤਾਨੀ ਫੌਜੀਆਂ ਨੇ ਮੇਂਡਰ ਸੈਕਟਰ ਚ ਵੀ ਗੋਲੀਬਾਰੀ ਕੀਤੀ ਇਸ ਗੋਲੀਬਾਰੀ ਕਾਰਨ ਪਿਛਲੇ ਇੱਕ ਹਫਤੇ ਚ ਕਈ ਮਕਾਨਾਂ ਨੂੰ ਨੁਕਸਾਨ ਹੋ ਗਿਆ ਤੇ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾ ਦਿੱਤਾ ਗਿਆ। ਪਾਕਿਸਤਾਨ ਨੇ ਪੁੰ ਜਲੇ ਦੇ ਕਿਰਨੀ ਸੈਕਟਰ 샤ਪੂਰ ਕੋਲ ਕੰਟਰੋਲ ਲਾਈਨ ਤੇ ਫਾਇਰਿੰਗ ਕੀਤੀ। ਇਸ ਦੀ ਲਪੇਟ ਚ ਆ ਕੇ ਇੱਕ ਜਵਾਨ ਸ਼ਹੀਦ ਹੋ ਗਿਆ ਜਦਕੀ ਦੋ ਗੰਭੀਰ ਰੂਪ ਚ ਜ਼ਖਮੀ ਹੋ ਗਏ। ਪਾਕਿਸਤਾਨ ਨੇ ਗੋਲੀਆਂ ਤੇ ਮੋਟਰਾਰ ਤੋਂ ਭਾਰਤੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕੰਟਰੋਲ ਲਾਈਨ ਤੇ ਤੈਨਾਤ ਭਾਰਤੀ ਫੌਜ ਨੇ ਪਾਕਿਸਤਾਨ ਦੀ ਇਸ ਹਰਕਤ ਦਾ ਜ਼ੋਰਦਾਰ ਜਵਾਬ ਦਿੱਤਾ। ਇਸੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਦੇਸ਼ ਵਿਦੇਸ਼ ਦੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸਾਹਿਤ ਵੈਪ ਟੀਵੀ